ਮੁਲਾਜ਼ਮ ਸੀਗੇ ਜੀ। ਹਾਂਜੀ, ਕਦੋਂ ਲੈ ਕੇ ਕਿੱਥੋਂ ਚੱਕ ਲਏ? ਪਹਿਲਾਂ ਵੀ ਦੋ ਤਿੰਨ ਵਾਰ ਘਰੇ ਗੇੜਾ ਮਾਰ ਕੇ ਗਏ ਜੀ। ਇਹ ਆਉਂਦਾ ਸੀਗਾ ਜੀ, ਹਾਂਜੀ, ਇਹਨਾਂ ਨੇ ਘੇਰ ਲਿਆ ਮੁੰਡਾ ਹੋਰ ਸੀਗਾ ਜੀ। ਮੈਂ ਡਰਦਾ ਭੱਜ ਲਿਆ ਜੀ, ਹਾਂਜੀ, ਡਰਦਾ ਕਹਾ ਮੋਟਰ 'ਤੇ ਸਪੇਅ ਪਈ ਸੀ, ਮੈਂ ਚੱਕ ਕੇ ਪੀ ਗਿਆ। ਨਹੀਂ ਜੀ, ਕੁਛ ਨਹੀਂ ਦੱਸਿਆ ਵੀ ਕਾਹਦੇ ਕੇਸ 'ਚ ਕਿਉਂ ਚੱਕਿਆ ਗਿਆ ਸੀ। ਉਹ ਕਹਿ ਰਿਹਾ ਕਿ ਬੰਦਾ ਹੈ ਨਹੀਂ ਗਾ ਸਾਡੇ ਕੋਲ, ਇਹੀ ਗੱਲ ਕਹਿ ਰਹੇ ਸੀਗੇ। ਭਾਅ ਜੀ, ਮੈਂ ਤਾਂ ਇੱਥੇ ਵੈਸੇ ਨੋਰਮਲ ਆਪਦੀ ਡਿਊਟੀ ਪਰ ਵਰਕ ਮੈਂਬਰਾਂ ਨੂੰ ਜਾਣਕਾਰੀ ਨਹੀਂ ਲੈ ਕੇ ਮੈਨੂੰ। ਭਾਅ ਜੀ, ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ, ਤੁਸੀਂ ਜਾ ਕੇ ਇੰਚਾਰਜ ਨਾਲ ਗੱਲ ਕਰੋ, ਅਫਸਰ ਨਾਲ ਗੱਲ ਕਰੋ। ਮੈਨੂੰ ਕੁਛ ਨਹੀਂ, ਮੁੰਡੇ ਨੂੰ ਕੁਛ ਹੋਇਆ ਕੌਣ ਜ਼ਿ੮ਮੇਵਾਰ? ਮੇਰੇ ਤਾਂ ਮੈਨੂੰ ਹੁਣ ਪਤਾ ਨਹੀਂ। ਨਹੀਂ ਨਹੀਂ, ਤੁਸੀਂ ਡਿਊਟੀ ਕਰ ਰਹੇ ਹੋ, ਤੁਸੀਂ ਗਾਰਡ ਕਰ ਰਹੇ ਹੋ, ਕਿਉਂ ਤੁਸੀਂ ਉੱਧਰ ਕਰੋ ਜੀ? ਪੁਲਿਸ ਮੁਲਾਜ਼ਮ ਕਿੱਥੋਂ ਦੇ ਸੀ, ਕੋਈ ਪਤਾ ਲੱਗਿਆ ਤੁਹਾਨੂੰ? ਨਹੀਂ ਜੀ, ਮੈਨੂੰ ਨਹੀਂ ਪਤਾ ਜੀ। ਸੀਆਈ ਦੇ ਸੀਗੇ ਜੀ, ਡਰਦਾ ਭੱਜ ਗਿਆ ਜੀ। ਅੱਗੇ ਵੀ ਮੇਰੇ ਤੋਂ ਬਾਲੇ ਪਰਚੇ ਪਾ ਦੇ ਜਿੱਦਾਂ ਨਹੀਂ ਝੂਠੇ ਜੀ। ਪ੍ਰੋਬਲਮ ਤਾਂ ਜੀ, ਇਹਨਾਂ ਨੇ ਇਹੀ ਦੱਸਿਆ ਜੀ, ਕਹਿੰਦੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਆ, ਪਰ ਇਹਨਾਂ ਦੇ ਕੱਲ੍ਹ ਮੁਲਾਜ਼ਮ ਕਹਿ ਰਹੇ ਸੀ ਕਿ ਇਹ ਚਿੱਟਾ ਬਹੁਤ ਜ਼ਿਆਦਾ ਪੀ ਰਿਹਾ। ਹੁਣ ਇਹਦਾ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਇਹਨੇ ਚਿੱਟਾ ਜ਼ਿਆਦਾ ਪੀਤਾ ਕਿ ਜ਼ਹਿਰੀਲੀ ਚੀਜ਼ ਪੀਤੀ ਹੈ। ਪ੍ਰੋਬਲਮ ਤਾਂ ਫੜਿਆ ਗਿਆ ਸੀ 25 ਤਰੀਕ ਨੂੰ, ਕਹਿੰਦੇ ਪਤਾ ਨਹੀਂ ਲੱਗਿਆ ਵੀ ਕਿਉਂ ਫੜਿਆ ਗਿਆ, ਚੱਕਿਆ ਗਿਆ। ਪਤਾ ਲੱਗਿਆ ਇਹ ਵਾਹ ਇਸੋਂ ਜਿਹੜਾ ਮੋਬਾਈਲ ਜਿੱਥੇ ਇਹਨਾਂ ਨੂੰ। ਇੱਥੇ ਜੋ ਲਖਵੰਤ ਸਿੰਘ ਨੂੰ 25 ਤਰੀਕ ਨੂੰ ਚੱਕਿਆ ਗਿਆ ਜੀ ਇਹਨਾਂ ਨੇ, ਅਤੇ ਉਦੋਂ ਬਾਅਦ ਸਾਨੂੰ ਕੋਈ ਦੁਰਘਟਨਾ ਬਾਰੇ ਦੱਸਿਆ ਨਹੀਂ ਵੀ ਉਹ ਕਿੱਥੇ ਆ ਕਿੱਥੇ ਨਹੀਂ। ਅਸੀਂ ਆਈ CBI 2 1 ਨਹੀਂ ਸੋਰੀ, ਹੁਣ ਤਾਂ ਪਤਾ ਨਹੀਂ ਕਿਤੇ ਜ਼ਹਿਰ ਖਾਧੇ, ਕਦੇ ਕਦੇ ਚਿੱਟਾ ਖਾਧਾ, ਚਿੱਟਾ ਖਾਧਾ ਕੀ ਪਤਾ ਜੀ ਕੀ ਪਤਾ। ਅਤੇ ਪਰਿਵਾਰ ਨੂੰ ਕੋਈ ਪੁਲਿਸ ਨੇ ਜਾਣਕਾਰੀ ਦਿੱਤੀ ਸੀ? ਨਹੀਂ ਦਿੱਤੀ, ਤਾਂ ਸਾਨੂੰ ਲੈ ਆਇਆ ਪਰਿਵਾਰ ਵਾਲੇ ਤੋਂ। ਮੈਨੂੰ ਕੀ ਪਤਾ, ਡਾਕਟਰ ਸਾਹਿਬ ਨੇ ਕੀਤਾ, ਮੈਂ ਤਾਂ ਸਟਾਫ ਹਾਂ, ਮੈਨੂੰ ਪਤਾ ਇਸ ਗੱਲ ਦਾ। ਮੁੰਡੇ ਨੂੰ ਕੁਛ ਹੋ ਜਾਂਦਾ ਫਿਰ ਮੈਨੇਜਮੈਂਟ ਕੰਮ ਦੇਖੂਗੀ, ਹੋਸਪਿਟਲ ਦੇਖੂਗਾ, ਮੈਂ ਤਾਂ ਨਹੀਂ ਦੇਖੂਗਾ। ਲਖਵੰਤੀ ਜੀ ਕੌਣ ਲੈ ਕੇ ਆਇਆ ਸੀ ਤੁਹਾਨੂੰ ਅਤੇ ਕੀ ਗੱਲ ਸੀਗੀ ਜੀ? ਮੁਲਾਜ਼ਮ ਸੀਗੇ ਜੀ। ਹਾਂਜੀ, ਕਦੋਂ ਲੈ ਕੇ ਕਿੱਥੋਂ ਚੱਕ ਲਏ? ਪਹਿਲਾਂ ਵੀ ਦੋ ਤਿੰਨ ਵਾਰ ਘਰੇ ਗੇੜਾ ਮਾਰ ਕੇ ਗਏ ਜੀ। ਇਹ ਆਉਂਦਾ ਸੀਗਾ ਜੀ, ਹਾਂਜੀ, ਇਹਨਾਂ ਨੇ ਘੇਰ ਲਿਆ ਮੁੰਡਾ ਹੋਰ ਸੀਗਾ ਜੀ। ਮੈਂ ਡਰਦਾ ਭੱਜ ਲਿਆ ਜੀ, ਹਾਂਜੀ, ਡਰ ਡਰਦਾ ਕਹਾ ਮੋਟਰ 'ਤੇ ਸਪੇਅ ਪਈ ਸੀ, ਮੈਂ ਚੱਕ ਕੇ ਪੀ ਗਿਆ। ਅੱਛਾ, ਫਿਰ ਇਹਨਾਂ ਨੇ ਕੀ ਕਰਿਆ? ਇਹਨਾਂ ਨੇ ਫਿਰ ਮੈਨੂੰ ਹਸਪਤਾਲ ਦਾਖਲ ਕਰਾਇਆ ਜੀ। ਕਿਹੜੇ 'ਚ? ਥਾਣੇ ਜੀ। ਅੱਛਾ, ਹਾਂਜੀ। ਪੁਲਿਸ ਮੁਲਾਜ਼ਮ ਕਿੱਥੋਂ ਦੇ ਸੀ, ਕੋਈ ਪਤਾ ਲੱਗਿਆ ਤੁਹਾਨੂੰ? ਨਹੀਂ ਜੀ, ਮੈਨੂੰ ਨਹੀਂ ਪਤਾ ਜੀ। CI ਦੇ ਸੀਗੇ ਜੀ, ਡਰਦਾ ਭੱਜ ਗਿਆ ਜੀ। ਅੱਗੇ ਵੀ ਮੇਰੇ ਤੋਂ ਬਾਲੇ ਪਰਚੇ ਪਾ ਦੇ ਜਿੱਦਾਂ ਨਹੀਂ ਝੂਠੇ ਜੀ। ਕੀ ਨਾਂ ਕੀ ਤੁਹਾਡਾ? ਲਖਵੰਤ ਸਿੰਘ ਜੀ। ਨਹੀਂ, ਲੈਣ ਲੱਭਣ ਕਿਸੇ ਹੋਰ ਨੂੰ ਆਏ ਤੁਹਾਨੂੰ ਲੈ ਵੀ ਆਏ? ਹੋਰ ਕਿਸੇ ਨੂੰ ਭਾਲਣ ਆਏ ਸੀਗੇ ਜੀ। ਅੱਛਾ, ਹਾਂਜੀ, ਮੈਂ ਤਾਂ ਭਾਲਣ ਆਏ ਸੀ। ਹਾਂਜੀ, ਮੈਂ ਜਾਣਦਾ, ਮੈਂ ਤਾਂ ਉਹਨੂੰ ਡਰਦਾ ਭੱਜ ਲਿਆ ਜੀ। ਇੱਥੇ ਜੋ ਲਖਵੰਤ ਸਿੰਘ ਨੂੰ 25 ਤਰੀਕ ਨੂੰ ਚੱਕਿਆ ਗਿਆ ਜੀ ਇਹਨਾਂ ਨੇ, ਅਤੇ ਉਦੋਂ ਬਾਅਦ ਸਾਨੂੰ ਕੋਈ ਦੁਰਘਟਨਾ ਬਾਰੇ ਦੱਸਿਆ ਨਹੀਂ ਵੀ ਉਹ ਕਿੱਥੇ ਆ ਕਿੱਥੇ ਨਹੀਂ। ਅਸੀਂ ਆਈ CBI 2 ਨੂੰ ਅਸੀਂ ਫੋਨ ਕਰਦੇ ਰਹੇ, SHO ਨਥਾਣਾ ਸਾਹਿਬ ਨੂੰ ਫੋਨ ਕਰਿਆ ਜੀ, ਉਹ ਕਹਿੰਦੇ ਵੀ ਸਾਡੇ ਕੋਲ ਬੰਦਾ ਹੈ ਹੀ ਨਹੀਂ ਗਾ ਜੀ, ਤੁਹਾਡਾ 2 ਦਿਨ ਤੋਂ ਇਹੀ ਕਹਿ ਰਿਹਾ ਕਿ ਬੰਦਾ ਹੈ ਨਹੀਂ ਗਾ। ਨਹੀਂ ਜੀ, ਕੁਛ ਨਹੀਂ ਦੱਸਿਆ ਵੀ ਕਾਹਦੇ ਕੇਸ 'ਚ ਕਿਉਂ ਚੱਕਿਆ ਗਿਆ ਸੀ। ਉਹ ਕਹਿ ਰਿਹਾ ਕਿ ਬੰਦਾ ਹੈ ਨਹੀਂ ਗਾ ਸਾਡੇ ਕੋਲ, ਇਹੀ ਗੱਲ ਕਹਿ ਰਹੇ ਸੀਗੇ। ਸਾਨੂੰ ਗਰੇਵਾਲ ਵਕੀਲ ਸਿੰਘ ਨੇ ਦੱਸਿਆ ਜੀ, ਉਹਨਾਂ ਨੇ ਕੋਈ ਐਡ ਦੇਖੀ ਵਟਸਐਪ 'ਤੇ, ਯੂਟਿਊਬ 'ਤੇ, ਉਹਨਾਂ ਨੇ ਦੇਖ ਕੇ ਫਿਰ ਸਾਨੂੰ ਦੱਸਿਆ ਕਿ ਫਲਾਨੇ ਹੋਸਪਿਟਲ ਦੇ ਵਿੱਚ ਐਡਮਿੰਟ ਆ ਤੁਹਾਡਾ ਮਰੀਜ਼। ਫਿਰ ਅਸੀਂ ਇੱਥੇ ਪਹੁੰਚੇ ਹਾਂ ਜੀ। ਪ੍ਰੋਬਲਮ ਤਾਂ ਜੀ, ਇਹਨਾਂ ਨੇ ਇਹੀ ਦੱਸਿਆ ਜੀ, ਕਹਿੰਦੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਆ, ਪਰ ਇਹਨਾਂ ਦੇ ਕੱਲ੍ਹ ਮੁਲਾਜ਼ਮ ਕਹਿ ਰਹੇ ਸੀ ਕਿ ਇਹ ਚਿੱਟਾ ਬਹੁਤ ਜ਼ਿਆਦਾ ਪੀ ਰਿਹਾ। ਹੁਣ ਇਹਦਾ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਇਹਨੇ ਚਿੱਟਾ ਜ਼ਿਆਦਾ ਪੀਤਾ ਕਿ ਜ਼ਹਿਰੀਲੀ ਚੀਜ਼ ਪੀਤੀ ਹੈ। ਸਰਕਾਰੀ ਹਸਪਤਾਲ 'ਚ ਜਾਂ ਪ੍ਰਾਈਵੇਟ 'ਚ? ਇਹ ਪ੍ਰਾਈਵੇਟ ਹੋਸਪਿਟਲ 'ਚ ਦਾਖਲ ਕਰੀ ਬੈਠੇ ਆ ਜੀ। ਕਾਲੜਾ ਹੋਸਪਿਟਲ ਬਠਿੰਡਾ ਜੀ। ਕੁਲਵੰਤ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਮਾੜੀ ਹੈ। ਅੱਜ ਕਿਵੇਂ ਆਏ ਜੀ ਇੱਥੇ ਹਸਪਤਾਲ? ਅੱਜ ਤਾਂ ਮੁੰਡੇ ਦਾ ਪਤਾ ਕਰਨਾ ਵੀ ਕਿੱਥੇ ਆਈ ਆ। ਅਤੇ ਕੀ ਪਤਾ ਲੱਗਿਆ ਤੁਹਾਨੂੰ ਜੀ? ਕੀ ਹੁਣ ਆ ਪੱਤਰਕਾਰਾਂ ਤੋਂ ਪਤਾ ਲੱਗਿਆ ਵੀ ਅਸੀਂ ਕਾਲੜਾ ਹਸਪਤਾਲ ਦਾਖਲ ਹੈ। ਕੀ ਪ੍ਰੋਬਲਮ ਕੀ ਸੀ ਗੇਟ ਦੀ? ਪ੍ਰੋਬਲਮ ਤਾਂ ਫੜਿਆ ਗਿਆ ਸੀ 25 ਤਰੀਕ ਨੂੰ, ਕਹਿੰਦੇ ਪਤਾ ਨਹੀਂ ਲੱਗਿਆ ਵੀ ਕਿਉਂ ਫੜਿਆ ਗਿਆ, ਚੱਕਿਆ ਗਿਆ। ਪਤਾ ਲੱਗਿਆ ਇਹ ਵਾਹ ਇਸੋਂ ਜਿਹੜਾ ਮੋਬਾਈਲ ਜਿੱਥੇ ਇਹਨਾਂ ਨੂੰ ਵੀ ਚੱਕਿਆ ਗਿਆ। ਹੋਇਆ ਕੀ ਆ ਹੁਣ ਜੀ? ਹੁਣ ਤਾਂ ਪਤਾ ਨਹੀਂ ਕਿਤੇ ਜ਼ਹਿਰ ਖਾਧੇ, ਕਦੇ ਕਦੇ ਚਿੱਟਾ ਖਾਇਆ, ਚਿੱਟਾ ਖਾਧਾ ਕੀ ਪਤਾ ਜੀ ਕੀ ਪਤਾ। ਅਤੇ ਪਰਿਵਾਰ ਨੂੰ ਕੋਈ ਪੁਲਿਸ ਨੇ ਜਾਣਕਾਰੀ ਦਿੱਤੀ ਸੀ? ਨਹੀਂ ਦਿੱਤੀ, ਤਾਂ ਸਾਨੂੰ ਲਿਆਇਆ ਪਰਿਵਾਰ ਵਾਲੇ ਤੋਂ। ਅੱਜ ਤੱਕ ਜਾਣਕਾਰੀ ਨਹੀਂ ਦਿੱਤੀ? ਨਹੀਂ ਜੀ, ਤਾਂ ਸਾਨੂੰ ਲਿਆਇਆ ਕਦ ਕੇ ਪਿੰਡੋਂ ਬੁਲਾ ਕੇ। ਲਿਖਾ ਕੇ ਲਓ
ਪਰਮਿਸ਼ਨ ਤਾਂ ਲੈਣੀ ਪੈਂਦੀ ਹੁੰਦੀ ਹੈ। ਡਾਕਟਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਉਹਨਾਂ ਨੂੰ ਲਿਖਾ ਕੇ ਪਰਮਿਸ਼ਨ ਲੈਣੀ ਹੁੰਦੀ ਕਿ ਐਵੇਂ ਹੀ ਲੈ ਲੈਂਦੇ ਆਪਾਂ ਫੋਟੋ ਜੀ। ਮੈਂ ਜਿਹੜੀ ਗੱਲ ਕਰਦਾ ਡਾਕਟਰ ਸਾਹਿਬ ਨੇ ਤੁਹਾਨੂੰ ਇਹ ਗੱਲ ਕਹਿਤੀ ਫੋਟੋ ਫਿਰ ਦੇਣੀ ਆ ਲਿਖਾ ਲਓ ਮੁੰਡੇ ਆਪ ਯਾਰ ਦੇ ਰੋਗ ਉਹਨਾਂ ਨੇ ਇਹ ਗੱਲ ਕਹੀ ਵੀ ਪਰਮਿਸ਼ਨ ਦੇ ਦੇਣੇ ਉਹ ਵੀ ਪਰਮਿਸ਼ਨ ਹੈਗੀ ਇਹਨਾਂ ਕੋਲ ਇਹ ਗੱਲ ਕਹੀ ਅਸੀਂ ਦੱਸਾਂਗੇ ਪਰਮਿਸ਼ਨ ਦਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੇ ਇਹ ਕਿਹਾ ਮੁੰਡੇ ਪਰਮਿਸ਼ਨ ਹੈ ਕਿ ਮੁੰਡੇ ਦੇ ਪਰਿਵਾਰਕ ਮੈਂਬਰ ਨਾਲ ਹੈ ਨਹੀਂ ਪਰਚਾ ਉਹਦੇ ਉਸ ਟਾਈਮ ਤੱਕ ਕੋਈ ਦਰਜ ਨਹੀਂ ਹੋਇਆ ਤੁਸੀਂ ਉਹਨੂੰ ਐਡਮਿਟ ਕਿਸ ਬਿਆਨ ਤੇ ਕੀਤਾ ਹੈ ਦੱਸੋ ਮੈਨੂੰ ਕੀ ਪਤਾ ਡਾਕਟਰ ਸਾਹਿਬ ਨੇ ਕੀਤਾ ਮੈਂ ਤਾਂ ਸਟਾਫ ਆ ਮੈਨੂੰ ਪਤਾ ਇਸ ਗੱਲ ਦਾ ਜੇ ਮੁੰਡੇ ਨੂੰ ਕੁਝ ਹੋ ਜਾਂਦਾ ਫਿਰ ਮੈਨੇਜਮੈਂਟ ਕੰਮ ਦੇਖੂਗੀ ਹਸਪੀਟਲ ਦੇਖੂਗਾ ਮੈਂ ਤਾਂ ਨਹੀਂ ਦੇਖੂਗਾ ਨਹੀਂ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ ਮੈਨੇਜਮੈਂਟ ਕੱਲੀ ਨਹੀਂ ਨਾ ਤੁਸੀਂ ਸਟਾਫ ਵੀ ਸਾਰੇ ਇਨਵੋਲਵ ਹੋ ਇਸ ਚੀਜ਼ 'ਚ ਨਹੀਂ ਅਸੀਂ ਅਸੀਂ ਇਲਾਜ ਤੁਸੀਂ ਕਰ ਰਹੇ ਹੋ ਡਾਕਟਰ ਦੀ ਗੈਰਹਾਜ਼ਰੀ ਦੇ ਵਿੱਚ ਡਾਕਟਰ ਸਾਹਿਬ ਨੂੰ ਡਾਕਟਰ ਦੀ ਗੈਰਹਾਜ਼ਰੀ 'ਚ ਇਲਾਜ ਤੁਸੀਂ ਕਰ ਰਹੇ ਹੋ ਵੀਰੇ ਤੁਹਾਡੇ ਕੋਲ ਇਸ ਟਾਈਮ ਡਾਕਟਰ ਪ੍ਰੈਜ਼ੈਂਟ ਵੀ ਹੈਗੇ ਇੱਥੇ ਕਿੱਥੇ ਨੇ ਡਾਕਟਰ ਨੀਰਜ ਹੈਗੇ ਆ ਡਾਕਟਰ ਨੀਰਜ ਵੇਟ ਇੱਕ ਮਿੰਟ ਪੇਸ਼ੈਂਟ ਦੇਖ ਰਹੇ ਆ ਜਾਂਦੇ ਕੋਈ ਇੱਥੇ ਬੈਠੇ ਹੋ ਭਾਅ ਜੀ ਮੈਂ ਤਾਂ ਇੱਥੇ ਵੈਸੇ ਨੋਰਮਲ ਆਪਦੀ ਡਿਊਟੀ ਤੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਲਾਇਕੇ ਮੈਨੂੰ ਭਾਅ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਤੁਸੀਂ ਜਾ ਕੇ ਇੰਚਾਰਜ ਨਾਲ ਗੱਲ ਕਰੋ ਅਫਸਰਾਂ ਨਾਲ ਕਰੋ ਨਹੀਂ ਤੁਹਾਨੂੰ ਅੱਜ ਭੇਜਿਆ ਤਾਂ ਹੈਗਾ ਕਿ ਮੈਂ ਭੇਜਿਆ ਸਾਨੂੰ ਭੇਜਿਆ ਫਿਰ ਤੁਸੀਂ ਇੰਚਾਰਜ ਨਾਲ ਗੱਲ ਕਰੋ ਕਿੰਨੇ ਦਿਨ ਹੋ ਗਏ ਡਿਊਟੀ ਤੁਹਾਨੂੰ ਦੇ ਤੁਸੀਂ ਬਦਲ ਬਦਲ ਕੇ ਆਉਂਦੇ ਮੁੰਡੇ ਕਿੰਨੇ ਦਿਨ ਬੈਠੇ ਕਿਉਂ ਇੱਥੇ ਤਾਂ ਜੀ ਬੈਠੇ ਹੋ ਨਹੀਂ ਪ੍ਰਾਈਵੇਟ ਹਸਪੀਟਲ ਹੈ ਤੁਸੀਂ ਕਿਉਂ ਬੈਠੇ ਸਰਕਾਰੀ ਜਗ੍ਹਾ ਨੇ ਦਾਖਲ ਕਰਾਇਆ ਭਾਅ ਜੀ ਸਰਕਾਰੀ ਤੁਸੀਂ ਉਹਨਾਂ ਇੰਚਾਰਜ ਨਾਲ ਗੱਲ ਕਰੋ ਮੇਰੇ ਨਾਲ ਤੁਸੀਂ ਗੱਲ ਕਰੋ ਤੁਸੀਂ ਨਾਲ ਗੱਲ ਕਰੋ ਨਹੀਂ ਮੁੰਡੇ ਨੂੰ ਕੁਝ ਨਹੀਂ ਮੁੰਡੇ ਨੂੰ ਕੁਝ ਹੋਇਆ ਕੌਣ ਜ਼ਿੰਮੇਵਾਰ ਮੇਰੇ ਤਾਂ ਮੈਨੂੰ ਹੁਣ ਪਤਾ ਨਹੀਂ 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 ਤੁਸੀਂ ਡਿਊਟੀ ਕਰ ਰਹੇ ਹੋ ਤੁਸੀਂ ਗਾਰਡ ਕਰ ਰਹੇ ਹੋ ਕਿਉਂ ਤੁਸੀਂ ਉੱਧਰ ਕਰ ਜਾਓ A to Z Problem Solution World Famous Black Magic Expert Baba Pandit Dindayal Ji 7 ਘੰਟੇ 'ਚ ਘਰ ਬੈਠੇ ਵਸ਼ੀਕਰਨ PR ਵਿੱਚ ਰੁਕਾਵਟ ਜਾਦੂ ਟੋਨਾ ਪਿਆਰ 'ਚ ਧੋਖਾ ਲਵ ਮੈਰਿਜ ਨੌਕਰੀ ਦੁਸ਼ਮਣ ਦੀ ਛੁੱਟੀ ਸੰਤਾਨਹੀਨਤਾ ਦੀ ਸਮੱਸਿਆ ਦਾ ਹੱਲ 100% ਗਰੰਟੀ ਨਾਲ ਹੁਣ ਤੱਕ ਵਸੀਕਰਨ ਲਵ ਮੈਰਿਜ ਅਤੇ PR ਦੇ ਕਈ ਕੇਸ ਹੱਲ ਕੀਤੇ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲਿਆਂ ਨੂੰ ਮੂੰਹ ਮੰਗਿਆ ਇਨਾਮ ਲੋਟਰੀ ਸਪੈਸ਼ਲਿਸਟ ਬਾਬਾ ਦੀਨ ਦਿਆਲ ਜੀ